ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਟਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਲ ਬਹਿਨੀ ਕਰਦੇ ਹਾਂ ਲੰਘੇ ਕੱਲ ਪੰਜਾਬ ਦੇ ਵਿੱਚ ਗਰਮੀ ਬਹੁਤ ਪਈ ਆ 39 ਡਿਗਰੀ ਦੇ ਕਰੀਬ ਟੈਂਪਰੇਚਰ ਰਿਹਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 3 ਤੋਂ ਲੈ ਕੇ 5 ਦਿਨਾਂ ਦੇ ਵਿੱਚ ਵਿੱਚ ਪੰਜਾਬ ਦਾ ਤਾਪਮਨ 41 ਡਿਗਰੀ ਦੇ ਕਰੀਬ-ਕਰੀਬ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਮੀਂਹ ਕੜੀ ਦੀ ਕੋਈ ਆਸ ਨਹੀਂ ਤੇ ਮੀਂਹ ਪਵੇ ਵੀ ਨਾ ਇਹਦੀ ਅਸੀਂ ਕਾਮਨਾ ਕਰਦੇ ਹਾਂ ਪੰਜਾਬ ਸਮੇਤ ਯੂਪੀ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਵੱਟਕਟ ਦੀ ਗਰਮੀ ਪੈਣੀ ਆ ਐਤਕੀ ਪਿਛਲੇ ਵਰਿਆਂ ਦੇ ਮੁਕਾਬਲ ਤਨ ਵੱਧ ਗਰਮੀ ਪੈਣ ਦੇ ਅਸਾਰ ਨਜ਼ਰ ਆ ਰਹੇ ਆ ਸੋ ਜਦੋਂ 41 ਡਿਗਰੀ ਟੈਂਪਰੇਚਰ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਹੋ ਜਾਣਾ ਤਾਂ ਆਪਾਂ ਸਮਝ ਚੱਕਦੇ ਆ ਕਿ ਮਈ ਤੇ ਜੂਨ ਦੇ ਵਿੱਚ ਕੀ ਹਾਲ ਹੋਊਗਾ ਸੋ ਗਰਮੀ ਲਗਾਤਾਰ ਵੱਧ ਰਹੀ ਹੈ ਬਚਾਅ ਦੇ ਵਿੱਚ ਬਚਾਅ ਕਿਰਤੀ ਲੋਕਾਂ ਨੂੰ ਸਲਾਮ ਆ ਤੇ ਕਣਕਾਂ ਜਿਹੜੀਆਂ ਉਹ ਸੋਨੇ ਰੰਗੀਆਂ ਹੋਣ ਵੱਲ ਵਧ ਰਹੀਆਂ ਤੇ ਸੋਨੇ ਰੰਗੀਆਂ ਕਣਕਾਂ ਜਦੋਂ ਹੋ ਗਈਆਂ ਜਦੋਂ ਚਾਰੇ ਪਾਸੇ ਨਿਗਾ ਮਾਰਦੇ ਹੋਏਗੇ ਤੇ ਉਦੋਂ ਸਾਰੇ ਪਾਸੇ ਸੋਨਾ ਹੀ ਸੋਨਾ ਨਜ਼ਰ ਆਉਂਦਾ ਹੋਵੇ ਤਾਂ ਮਨ ਨੂੰ ਖੁਸ਼ੀ ਦਾ ਖੇੜਾ ਹੋਊਗਾ ਪਰ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਅੱਜ ਫੇਰ ਬੇਨਤੀ ਕਰਨੀ ਬਣਦੀ ਇਸ ਪ੍ਰੋਗਰਾਮ ਦੇ ਵਿੱਚ ਕਿ ਇਸ ਰੁੱਤ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਖਬਰਾਂ ਬਹੁਤ ਸਾਰੀਆਂ ਆਉਂਦੀਆਂ ਹੁੰਦੀਆਂ ਕਿ ਟਰਾਂਸਫਰਮਰ ਦੇ ਵਿੱਚੋਂ ਚੰਗਿਆੜਾ ਨਿਕਲਿਆ ਤੇ ਕਣਕ ਨੂੰ ਪੈ ਗਈ ਅੱਗ ਸੋ ਇਸ ਕਰਕੇ ਜਿੱਥੇ ਵੀ ਟਰਾਂਸਫਰਮਰ ਖੇਤਾਂ ਦੇ ਵਿੱਚ ਹੈਗੇ ਆ ਉਥੇ 4-5 ਮਰਲੇ ਕਣਕ ਆਪੇ ਵੱਢਦੇ ਹੋ ਬੇਨਤੀ ਇਹ ਆ ਕਿਉਂਕਿ ਕੋਈ ਬਹੁਤਾ ਨੁਕਸਾਨ ਨਾ ਹੋਵੇ ਤੇ ਅਗਲੀ ਬੇਨਤੀ ਇਹ ਆ ਵੀ ਜਿਸ ਤਰੀਕੇ ਦੇ ਨਾਲ ਲੋਕ ਅੱਗ ਲਾਉਂਦੇ ਹੁੰਦੇ ਰਹਿੰਦੇ ਖੁੰਦ ਨੂੰ ਉਹ ਐਤਕੀ ਭਾਈ ਵਿਚਾਰ ਰੱਖਣ ਕਿਉਂਕਿ ਅਸੀਂ ਕਿਸੇ ਦੀ ਖੜੀ ਫਸਲ ਨੂੰ ਬਰਬਾਦ ਕਰ ਦਿੰਨੇ ਆ ਸਾਨੂੰ ਇਨੀ ਸਮਝ ਨਹੀਂ ਹੁੰਦੀ ਕਈ ਵਾਰ ਵੀ ਅਸੀਂ ਕਰਨਾ ਕੀ ਤੇ ਕੀ ਨਹੀਂ ਕਰਨਾ ਸੋ ਐਤਕੀ ਸਭ ਕੁਝ ਠੀਕ ਰਵੇ ਇਹਦੀ ਅਸੀਂ ਕਾਮਨਾ ਕਰਦੇ ਆ ਕਿਸਾਨੀ ਮਜ਼ਦੂਰ ਸਾਰੇ ਚੜ੍ਹਦੇ ਕਿਲਾ ਦੇ ਵਿੱਚ ਰਹਿਣ ਇਹਦੀ ਅਸੀਂ ਇੱਛਾ ਪਾਲਦੇ ਆ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਨਾਲ ਸੰਬੰਧਿਤ ਲਾਲ ਸਿੰਘ ਜਿਹੜੇ ਮੰਡੀ ਬੋਰਡ ਦੇ ਚੇਅਰਮੈਨ ਸੀ ਉਹਨਾਂ ਨੇ ਅਸਤੀਫਾ ਦਿੱਤਾ ਉਹ ਕਾਂਗਰਸ ਦੇ ਰਾਜ ਦੇ ਵਿੱਚ ਮੰਡੀ ਬੋਰਡ ਦੇ ਚੇਅਰਮੈਨ ਬਣੇ ਪਰ ਉਹਨਾਂ ਨੇ ਖੁਦ ਆਪੇ ਅਸਤੀਫਾ ਦੇ ਦਿੱਤਾ ਤੇ ਐਨ ਮੌਕੇ ਦੇ ਉੱਤੇ ਅਸਤੀਫਾ ਦਿੱਤਾ ਜਦੋਂ ਕਿ ਪੰਜਾਬ ਦੇ ਵਿੱਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ ਹੁਣ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਕਿ ਉਹ ਇਸ ਮਾਮਲੇ ਦੇ ਉੱਤੇ ਕੋਈ ਬੋਝ ਮਹਿਸੂਸ ਕਰ ਰਹੇ ਸੀ ਕਿ ਉਹਨਾਂ ਨੇ ਇਹ ਸੋਚਿਆ ਵੀ ਜਦੋਂ ਸਰਕਾਰ ਬਦਲ ਗਈ ਹੈ ਤਾਂ ਹੁਣ ਅਸਤੀਫਾ ਦੇਣਾ ਹੀ ਚਾਹੀਦਾ ਹੈ ਜਾਂ ਉਹਨਾਂ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਇੱਕ ਇੱਕ ਦਾਣਾ ਕਿਸਾਨਾਂ ਦਾ ਖਰੀਦਾਂਗੇ ਤੇ ਖਰੀਦਣਾ ਵੀ ਚਾਹੀਦਾ ਕਿਉਂਕਿ ਹੁਣ ਤੱਕ ਆਮ ਆਦਮੀ ਪਾਰਟੀ ਜਿਹੜੀ ਉਹ ਇਹੀ ਗੱਲ ਕਹਿਦੀ ਰਹੀ ਹੈ ਕਿ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਿਹਾ ਮੰਡੀਆਂ ਦੇ ਵਿੱਚ ਵਾਰਦਾਰੀਆਂ ਦੀ ਘਾਟ ਹੈ ਮੰਡੀਆਂ ਦੇ ਵਿੱਚ ਛੱਡਾਂ ਦੀ ਘਾਟ ਹੈ ਫੜਾਂ ਦੀ ਘਾਟ ਹੈ ਉੱਥੇ ਪੱਲੇਦਾਰਾਂ ਦੀ ਵੀ ਘਾਟ ਹੈ ਉੱਥੇ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਹੈਗੀਆਂ ਜਿਹਦੇ ਵਿੱਚ ਗੁਸਲਖਾਨਿਆਂ ਦੀ ਵੀ ਹੈ ਜਿਹਦੇ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਬੰਧਨ ਦੀ ਵੀ ਘਾਟ ਹੈ ਪਰ ਇਸ ਵਕਤ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸਾਰਾ ਕੁਝ ਠੀਕ ਕਰਾਂਗੇ ਅਸੀਂ ਸਭ ਕੁਝ ਕਿਸਾਨਾਂ ਨੂੰ ਮੁਹੱਈਆ ਕਰਾਵਾਂਗੇ ਤੇ ਇੱਕ ਇੱਕ ਦਾਣਾ ਅਸੀਂ ਮੰਡੀ ਦੇ ਵਿੱਚੋਂ ਖਰੀਦਾਂਗੇ ਤੇ ਇਹਦੇ ਵਾਸਤੇ ਜਿਹੜੇ ਉਹ ਪੈਸੇ ਵੀ ਜਾਰੀ ਹੋ ਚੁੱਕੇ ਆ ਉਸ ਤੋਂ ਅਗਲੀ ਗੱਲ ਇਹ ਆ ਕਿ ਮੰਡੀਆਂ ਦੇ ਵਿੱਚ ਢੇਰੀਆਂ ਦੇ ਕੋਲੇ ਕਿੰਨੀ ਦੇਰ ਕਿਸਾਨਾਂ ਨੂੰ ਬੈਠਣਾ ਪਊਗਾ ਐਤਕੀ ਇਹ ਗੱਲ ਦੇਖਣੀ ਆ ਉਹਦਾ ਕਾਰਨ ਇਹ ਆ ਕਿ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਇਹ ਪੰਜਾਬ ਦੇ ਕਿਸਾਨਾਂ ਦੀ ਪਹਿਲੀ ਫਸਲ ਆ ਜਿਹੜੀ ਕਿ ਮੰਡੀਆਂ ਦੇ ਵਿੱਚ ਆਉਣੀ ਆ ਪਹਿਲੀ ਅਪ੍ਰੈਲ ਤੋਂ ਸਰਕਾਰੀ ਤੌਰ ਦੇ ਉੱਤੇ ਕਣਕ ਦੀ ਖਰੀਦ ਦਾ ਕੰਮ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣਾ ਝਾੜ ਕਿੰਨਾ ਨਿਕਲਦਾ ਕਿੰਨੇ ਕ ਵੱਡੇ ਪੱਦਰ ਦੇ ਉੱਤੇ ਕਿਸਾਨ ਆ ਜਿਹੜੇ ਸੰਤੁਸ਼ਟ ਹੁੰਦੇ ਆ ਕਿੰਨੇ ਕ ਅਸੰਤੁਸ਼ਟ ਹੁੰਦੇ ਆ ਇਹ ਸਮੇਂ ਨੇ ਬਿਆਨ ਕਰਨਾ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਕੈਪਟਨ ਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨੂੰ ਇਹ ਅਹੁਦਾ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਹੁਣ ਕਾਂਗਰਸ ਸੱਤਾ ਦੇ ਵਿੱਚੋਂ ਬਾਹਰ ਹੋ ਚੁੱਕੀ ਹੈ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣ ਵਾਲੀ ਹੈ ਸੋ ਇਹ ਅਹਿਮ ਅਹੁਦਾ ਖਾਲੀ ਹੋਣ ਦੇ ਨਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਲਈ ਚੁਣੌਤੀ ਵੱਢ ਸਕਦੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਗਈ ਫਸਲ ਦਾ ਇੱਕ ਇੱਕ ਦਾਣਾ ਸਰਕਾਰ ਖਰੀਦੇਗੀ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਪਰੇਸ਼ਾਨ ਹੋਣ ਦਾ ਸਮਾਂ ਹੁਣ ਬੀਤ ਚੁੱਕਿਆ ਹੈ ਮੇਰੇ ਤੇ ਯਕੀਨ ਰੱਖੋ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਸੂਬੇ ਦੀ ਸਰਕਾਰ ਨੇ 132 ਲੱਖ ਟਨ ਕਣਕ ਖਰੀਦਾ ਕੀਤਾ ਮਿੱਥਿਆ ਸਰਕਾਰ ਦਾ ਦਾਵਾ ਹੈ ਕਿ ਮੰਡੀਆਂ ਦੇ ਵਿੱਚ ਪੂਰਾ ਬਾਰਦਾਨਾ ਪਹੁੰਚ ਚੁੱਕਿਆ ਹੈ ਕਣਕ ਦੀ ਖਰੀਦ ਵਾਸਤੇ ਸੂਬੇ ਦੇ ਵਿੱਚ 2300 ਤੋਂ ਵੱਧ ਮੰਡੀਆਂ ਬਣਾਈਆਂ ਗਈਆਂ ਨੇ ਕਣਕ ਖਰੀਦ ਵਾਸਤੇ ਪੰਜਾਬ ਸਰਕਾਰ ਨੂੰ 24773 ਕਰੋੜ ਰੁਪਏ ਤੋਂ ਵੱਧ ਕੈਸ਼ ਕ੍ਰੈਡਿਟ ਲਿਮਟ ਮਿਲ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੇਂ ਤੇ ਰਾਸ਼ੀ ਰਿਲੀਜ਼ ਕਰਨ ਦੇ ਲਈ ਕੇਂਦਰ ਦੀ ਸਰਕਾਰ ਦਾ ਸ਼ੁਕਰੀਆਦਾ ਕੀਤਾ ਉਹਨਾਂ ਨੇ ਕਿਹਾ ਕਿ ਫੂਡ ਤੇ ਸਿਵਲ ਸਪਲਾਈ ਵਿਭਾਗ ਮੰਡੀਆਂ ਤੋਂ ਕਣਕ ਦਾ ਇੱਕ ਇੱਕ ਦਾਣਾ ਖਰੀਦੇਗਾ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਸੇ ਦਿਨ ਹੀ ਪੇਮੈਂਟ ਕਰ ਦਿੱਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਦੇ ਮੂਰੇ ਇਹ ਬਹੁਤ ਵੱਡੀ ਚੁਣੌਤੀ ਹੈ। ਜੇਕਰ ਇਹਨੂੰ ਸਰ ਕਰ ਲਿਆ ਤਾਂ ਸਮਝ ਲਓ ਕਿਸਾਨਾਂ ਦਾ ਦਿਲ ਜਿੱਤਿਆ ਗਿਆ। ਉਹਦਾ ਕਾਰਨ ਇਹ ਹੈ ਕਿ ਹੁਣ ਤੱਕ ਬਹੁਤ ਸਾਰੀਆਂ ਸਮੱਸਿਆਵਾਂ ਮੰਡੀ ਦੇ ਵਿੱਚ ਕਿਸਾਨਾਂ ਨੂੰ ਆਉਂਦੀਆਂ ਰਹੀਆਂ। ਮਜ਼ਦੂਰਾਂ ਨੂੰ ਬੜੀਆਂ ਵੱਡੀਆਂ ਸਮੱਸਿਆਵਾਂ ਆਉਂਦੀਆਂ ਰਹੀਆਂ। ਕਿਸੇ ਨੂੰ ਕੰਮ ਨਹੀਂ ਮਿਲਦਾ ਤੇ ਕਿਸੇ ਨੂੰ ਉਹ ਕੰਮ ਤੇ ਲੈ ਕੇ ਨਹੀਂ ਜਾਂਦਾ। ਕਿਸੇ ਨੂੰ ਉੱਥੇ ਵੜ ਦੇ ਦਿੱਤਾ ਜਾਂਦਾ ਤੇ ਜਿਹੜੇ ਉੱਥੇ ਪਹੁੰਚੇ ਹੋਏ ਆ ਉਹਨਾਂ ਦੀ ਖੱਜਲ-ਖਵਾਰੀ ਵੱਖਰੀ ਹੁੰਦੀ ਹੈ ਐਤਕੀ ਇਹ ਸਾਰਾ ਕੁਝ ਪਰੇ ਹੋ ਜੇ ਇਹਦੀ ਅਸੀਂ ਕਾਮਨਾ ਕਰਦੇ ਆ ਕਿਸਾਨ ਚਾਈ ਚਾਈ ਆਪਣੀ ਫਸਲ ਵੇਚ ਕੇ ਘਰ ਨੂੰ ਮੁੜਨ ਇਹਦੀ ਅਸੀਂ ਇੱਛਾ ਪਾਲਦੇ ਆ ਇੱਕ ਵੇਲਾ ਸੀ ਜਦੋਂ ਪੰਜਾਬ ਦੀ ਕਿਸਾਨੀ ਖੁਸ਼ਹਾਲ ਸੀ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਗੀਤ ਗਾਉਂਦੇ ਸੀ ਕੱਚੇ ਮਾਰ ਵੰਜਲੀ ਆਨੰਦਸ਼ ਆ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਇਹ ਅਸੀਂ ਨਿੱਕੇ ਹੁੰਦੇ ਤੋਂ ਪੜਦੇ ਸੁਣਦੇ ਆਏ ਆ ਕਿ ਵਿਸਾਖੀ ਦੇ ਮੌਕੇ ਢੋਲ ਦੇ ਉੱਤੇ ਡੱਗਾ ਲੱਗਦਾ ਅਸੀਂ ਆਪਣੇ ਅਤੀਤ ਨੂੰ ਚੇਤੇ ਕਰਦੇ ਹਾਂ ਕਿਸਾਨ ਲੁੱਡੀਆਂ ਪਾਉਂਦੇ ਬਾਗੀਆਂ ਪਾਉਂਦੇ ਆ ਪਰ ਸਮੇਂ ਨੇ ਇਹ ਸਾਰੀਆਂ ਗੱਲਾਂ ਖੋ ਲਈਆਂ ਕਾਸ਼ ਉਹ ਦਿਨ ਵਾਪਸ ਆ ਜਾਣ ਜਦੋਂ ਪੰਜਾਬ ਦੇ ਦੇਸ਼ ਦੇ ਕਿਸਾਨ ਫੇਰ ਚਾਈ ਚਾਈ ਇਹ ਗੱਲ ਸੋਚਣ ਕਿ ਬਈ ਹੁਣ ਕਮਾਲ ਹੋ ਗਈ ਐ ਕਿ ਸਾਰੇ ਕਰਜ਼ੇ ਲੈ ਜਾਣੇ ਆ ਐ ਕਿ ਸਾਰੇ ਧੋੜੇ ਧੋਤੇ ਜਾਣੇ ਆ ਸੋ ਇਹ ਸਾਰਾ ਕੁਝ ਤਾਂ ਹੋਊਗਾ ਜੇਕਰ ਸਰਕਾਰਾਂ ਨਾਲ ਸਾਥ ਮਿਲੂਗਾ ਕਿਸਾਨ ਵੀ ਨਿਠਕੇ ਮਿਹਨਤ ਕਰ ਰਹੇ ਆ ਤੇ ਸਰਕਾਰਾਂ ਵੀ ਨਿਠਕੇ ਉਹਨਾਂ ਦੀ ਫਰਿਆਦ ਸੁਣਨ ਇਹ ਮਸਲਾ ਤਾਂ ਹੱਲ ਹੋਣ ਵਾਲਾ ਭਗਵੰਤ ਮਾਨ ਦੀ ਸਰਕਾਰ ਦੇ ਕੋਲੋਂ ਆਸਾਂ ਬਹੁਤ ਆ ਤੋ ਜੇਕਰ ਇਤਕੀ ਕਣਕ ਦਾ ਇੱਕ ਇੱਕ ਦਾਣਾ ਖਰੀਦਿਆ ਗਿਆ ਤੇ ਉਸੇ ਜਿਹੜੀ ਕਿਸਾਨ ਨੂੰ ਪੇਮੈਂਟ ਹੋ ਗਈ ਤਾਂ ਇਹਦੇ ਵਰਗੀ ਰੂਚ ਕੋਈ ਨਹੀਂ ਤਾਂ ਫਿਰ ਲੋਕਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਤੁਲਨਾ ਕਰਕੇ ਦੇਖਣੀ ਹੈ ਵੀ ਪਹਿਲੇ ਕੀ ਕਰਦੇ ਸੀ ਹੁਣ ਵਾਲੇ ਕੀ ਕਰਦੇ ਆ ਅਸੀਂ ਤੁਸੀਂ ਤਾਂ ਸ਼ਾਇਦ ਭੁੱਲ ਜਿਗੇ ਪਰ ਜਿਹੜੇ ਕਿਸਾਨ ਪਿਛਲੇ ਸਾਲ ਵੀ ਕਣਕ ਵੇਚ ਕੇ ਆਏ ਆ ਜਿਨ੍ਹਾਂ ਨੇ ਹੁਣ ਵੀ ਕਣਕ ਵੇਚਣੀ ਆ ਉਹ ਤੁਲਨਾ ਤਾਂ ਕਰਕੇ ਦੇਖਣਗੇ ਵੀ ਪਹਿਲਾਂ ਠੀਕ ਸੀ ਕਿ ਹੁਣ ਠੀਕ ਹੈ ਪਹਿਲਾਂ ਕੀ ਨੁਕਸੀ ਤੇ ਹੁਣ ਕੀ ਨੁਕਸਾ ਹੈ ਪਹਿਲਾਂ ਕਿਹੜੀਆਂ ਗੱਲਾਂ ਸੀ ਤੇ ਹੁਣ ਕਿਹੜੀਆਂ ਗੱਲਾਂ ਸੋ ਜਦੋਂ ਤੁਲਨਾ ਕਰਕੇ ਚੰਗਾ ਪੜ ਨਿਕਲਿਆ ਤੇ ਉਦੋਂ ਭਗਵੰਤ ਮਾਨ ਦੀ ਸਰਕਾਰ ਦੀ ਚਰਚਾ ਹੋਊਗੀ ਇੱਜ਼ਤ ਵਧੂਗੀ ਸਤਿਕਾਰ ਵਧੂਗਾ ਇਹ ਗੱਲ ਪੱਕੀ ਹੈ ਪਰ ਉਸ ਤੋਂ ਅਗਲੀ ਗੱਲ ਇਹ ਹੈ ਵੀ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੰਤਰੀ ਸਹਬਾਨ ਆ ਉਹਨਾਂ ਦੇ ਵੱਲੋਂ ਨਿੱਠ ਕੇ ਅੱਗੇ ਤੋਂ ਅੱਗੇ ਆਪ ਲੋ ਆਪਣੇ ਮਹਿਕਮੇ ਦਾ ਕੰਮ ਕੀਤਾ ਜਾ ਰਿਹਾ ਜੇ ਅਸੀਂ ਗੱਲ ਕਰਦੇ ਹਰਪ੍ਰਜਨ ਸਿੰਘ ਈਟੀਓ ਹੋਰਾਂ ਦੀ ਜਿਹੜੇ ਕਿ ਪੰਜਾਬ ਦੇ ਬਿਜਲੀ ਬਕ ਵਿੱਚ ਦੇ ਮੰਤਰੀ ਬਣਾਏ ਗਏ ਆ ਉਹਨਾਂ ਨੇ ਕੱਲ ਦੋ ਟੋਕ ਕੇ ਗੱਲ ਕਹਤੀ ਹੈ ਕਿ ਪੰਜਾਬ ਦੇ ਵਿੱਚ ਪ੍ਰੀਪੇਡ ਮੀਟਰ ਨਹੀਂ ਲੱਗਣਗੇ ਪਰ ਸਮਾਰਟ ਮੀਟਰ ਜ਼ਰੂਰ ਲੱਗਣਗੇ ਪ੍ਰੀਪੇਡ ਦਾ ਮਤਲਬ ਤਾਂ 300 ਯੂਨਟ ਬਿਜਲੀ ਮੁਫਤ ਦੇਣ ਵਾਲੀ ਗਰੰਟੀ ਦਾ ਭੋਗ ਹੀ ਪੈ ਗਿਆ ਪਰ ਸਮਾਰਟ ਮੀਟਰ ਲੱਗਣ ਦੇ ਨਾਲ ਉਹ 300 ਯੂਨਟ ਬਿਜਲੀ ਮਿਲਦੀ ਰਹੂਗੀ ਉਹਨਾਂ ਨੇ ਇਸ ਗੱਲ ਦੇ ਉੱਤੇ ਸਹੀ ਪਾ ਦਿੱਤੀ ਹੈ ਸੋ ਥੋੜੀ ਜਿਹੀ ਚਿੰਤਾ ਥੋੜਾ ਜਿਹਾ ਸੰਸਾ ਜਿਹੜੇ ਕਿ ਪੰਜਾਬ ਦੇ ਖਪਤਕਾਰ ਆ ਉਹਨਾਂ ਦੇ ਬਿਜਲੀ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਘਟਣਾ ਸੁਭਾਵਕ ਹੈ ਪਰ ਇਹ ਹੁਣ ਸਮਾਂ ਬਿਆਨ ਕਰੂ ਕਿਉਂਕਿ ਕੇਂਦਰ ਦੀ ਸਰਕਾਰ ਨੇ ਗੱਲ ਕਹੀ ਸੀ ਕਿ ਜੇਕਰ 3 ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਅੰਦਰ 85000 ਪ੍ਰੀਪੇਡ ਮੀਟਰ ਨਾ ਲੱਗੇ ਤਾਂ ਫੰਡ ਰੋਕ ਲੈਣੇ ਆ ਹੁਣ ਉਹ ਫੰਡ ਰੋਕਦੇ ਕਿ ਨਹੀਂ ਜਾਕੀ ਕੁਝ ਹੁੰਦਾ ਇਸ ਸਮੇਂ ਨੇ ਬਿਆਨ ਕਰਨਾ ਉਧਰੋਂ ਜੇਕਰ ਅਸੀਂ ਨਵੇਂ ਪੰਚਾਇਤ ਮੰਤਰੀ ਦੀ ਗੱਲ ਕਰਦੇ ਹਾਂ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦੀ ਉਹਨਾਂ ਦੇ ਵੱਲੋਂ ਵੀ ਲਗਾਤਾਰ ਪੰਚਾਇਤਾਂ ਦੇ ਸਭਾ ਬੁਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਪੰਚਾਇਤਾਂ ਦੇ ਅਧਿਕਾਰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੰਚਾਇਤਾਂ ਦੇ ਰਾਹੀਂ ਪਿੰਡਾਂ ਦਾ ਵਿਕਾਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੋ ਇੱਕ ਚੰਗੀ ਪਹਿਲ ਹੈ ਇਹ ਇੱਕ ਸੁਲੱਖਣੀ ਪਹਿਲ ਹੈਗੀ ਹੈ ਕੁਲਦੀਪ ਸਿੰਘ ਢਾੜੀਵਾਲ ਇੱਕ ਇਮਾਨਦਾਰ ਨੇਤਾ ਅਜਨਾਲੇ ਤੋਂ ਜਿੱਤੇ ਆ ਉਹਨਾਂ ਨੇ ਬਹੁਤ ਕੁਝ ਛੱਡਿਆ ਰਾਜਨੀਤੀ ਦੇ ਲਈ ਸੋ ਉਹਨਾਂ ਤੋਂ ਆਸ ਕਰਨੀ ਬਣਦੀ ਹੈ ਕਿ ਉਹ ਇਮਾਨਦਾਰੀ ਦੇ ਨਾਲ ਆਪਣਾ ਕੰਮ ਅੱਗੇ ਤੋਂ ਅੱਗੇ ਵਧਾਉਣਗੇ ਉਧਰ ਜੇ ਅਸੀਂ ਡਾਕਟਰ ਵਿਜੇ ਸਿੰਘਲਾ ਦੀ ਗੱਲ ਕਰਦੇ ਜਿਹੜੇ ਕਿ ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਬਣਾਏ ਗਏ ਆ ਉਹਨਾਂ ਨੇ ਕਿਹਾ ਵੀ ਜੇਕਰ ਸਰਕਾਰੀ ਡਾਕਟਰਾਂ ਨੇ ਪ੍ਰਾਈਵੇਟ ਪ੍ਰੈਕਟਿਸ ਕਰਨੀ ਆ ਤਾਂ ਕਿਰਪਾ ਕਰਕੇ ਉਹ ਸਰਕਾਰੀ ਨੌਕਰੀ ਛੱਡ ਦੇਣ ਇਹ ਨਹੀਂ ਵੀ ਆਪਾਂ ਇੱਧਰ ਵੀ ਕੰਮ ਕਰੀ ਜਾਂਦੇ ਆ ਤੇ ਆਪ ਦਾ ਕਲੀਨਿਕ ਵੀ ਚਲਾਈ ਜਾਂਦੇ ਆ ਇੱਕ ਪਾਸਾ ਕਰ ਲਓ ਜਾਂ ਕਲੀਨਿਕ ਚਲਾ ਲਓ ਜਾਂ ਫਿਰ ਸਰਕਾਰੀ ਨੌਕਰੀ ਕਰ ਲਓ ਤੇ ਮੈਨੂੰ ਲੱਗਦਾ ਉਹਨਾਂ ਦੀ ਇੱਕ ਬਹੁਤ ਵਧੀਆ ਸੋਚ ਹੈ ਸੋ ਇਸ ਸੋਚ ਨੂੰ ਅਸੀਂ ਸਲਾਮ ਕਰਦੇ ਆ ਜੇਕਰ ਇਵੇਂ ਹੀ ਕੰਮ ਚੱਲਦਾ ਰਹੇ ਤਾਂ ਸਾਰੇ ਡਾਕਟਰ ਇੱਕੋ ਜੇ ਨਹੀਂ ਪਰ ਆਪਾਂ ਜਾਣਦੇ ਕਿ ਹਰ ਖੇਤਰ ਦੇ ਵਿੱਚ ਬਹੁਤ ਸਾਰੇ ਲੋਕ ਲਾਲਚੀ ਵੀ ਹੁੰਦੇ ਆ ਤੇ ਲਾਲਚੀਆਂ ਦੇ ਕਰਕੇ ਹੀ ਲੋਕਾਂ ਦਾ ਬਹੁਤ ਵੱਡੇ ਪਦਰ ਦੇ ਉੱਤੇ ਨੁਕਸਾਨ ਹੁੰਦਾ ਦਿਵਾਲਾ ਨਿਕਲਦਾ ਇਹਦੇ ਬਾਰੇ ਵੀ ਆਪਾਂ ਜਾਣਦੇ ਆ ਸੋ ਜਿਹੜੇ ਪੰਜਾਬ ਦੇ ਬਾਕੀ ਮੰਤਰੀ ਆ ਉਹਨਾਂ ਦੇ ਵੱਲੋਂ ਵੀ ਨਿਠਕੇ ਕੰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਬਹੁਤ ਸਾਰੇ ਲੋਕ ਸਾਨੂੰ ਫੋਨ ਕਰਦੇ ਆ ਬਹੁਤ ਸਾਰੇ ਸੁਨੇਹੇ ਭੇਜਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰੂਗੀ ਹੋਂਦੇ ਸਮੇਂ ਦੇ ਵਿੱਚ ਇਹਨਾਂ ਤੋਂ ਪੰਜਾਬ ਚੱਲਣਾ ਨਹੀਂ ਕੋਈ ਆਸਵੰਦਾ ਕਿ ਇਹਨਾਂ ਨੇ ਪੰਜਾਬ ਬਹੁਤ ਵਧੀਆ ਤਰੀਕੇ ਨਾਲ ਚਲਾ ਰਹਿਣਾ ਮੇਰੀ ਬੇਨਤੀ ਇਹ ਆ ਕਿ ਪਹਿਲਾਂ ਵੀ ਬੜੀ ਵਾਰ ਕਿ ਆ ਕਿ ਹਾਲੇ ਆਪਾਂ ਕਿਸੇ ਬਾਰੇ ਕੋਈ ਧਾਰਨਾ ਨਹੀਂ ਬਣਾਉਂਦੇ ਵੀ ਇਹ ਬਹੁਤ ਕਮਾਲ ਕਰਨਗੇ ਜਾਂ ਇਹ ਕਮਾਲ ਬਿਲਕੁਲ ਨਹੀਂ ਕਰਨਗੇ ਚੁਣੌਤੀਆਂ ਬਹੁਤ ਵੱਡੀਆਂ ਹੋ ਸਕਦਾ ਚੜੁੱਤਗਾਂ ਨੂੰ ਪਾਰ ਕਰ ਲਿਆ ਜਾਵੇ ਜਿਵੇਂ ਕਿ ਕੱਲ ਭਗਵੰਤ ਮਾਨ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੇ ਇੱਥੇ ਗੱਲ ਕਹੀ ਆ ਕਿ ਇਸ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਗਰੰਟੀ ਅਸੀਂ ਚੁੱਕਦੇ ਹਾਂ ਤੇ ਦੇਖੋ ਜਦੋਂ ਪੰਜਾਬ ਦੇ ਸਿੱਖਿਆ ਅਦਾਰਿਆਂ ਦੇ ਉੱਤੇ ਕਰਜ਼ੇ ਦੀਆਂ ਪੰਡਾਂ ਚੜੀਆਂ ਹੋਈਆਂ ਯੂਨੀਵਰਸਟੀਆਂ ਘਾਟੇ ਦੇ ਵਿੱਚ ਆ ਯੂਨੀਵਰਸਿਟੀਆਂ ਕਰਜ਼ੇ ਦੇ ਵਿੱਚ ਹੁਣ ਕਰਕੇ ਵੇਲੇ ਸਰ ਤਨਖਾਹਾਂ ਨਹੀਂ ਮਿਲਦੀਆਂ ਮੁਲਾਜ਼ਮ ਕੱਚੇ ਪੱਕੇ ਨਹੀਂ ਹੁੰਦੇਗੇ ਧਰਨੇ ਮੁਜ਼ਾਰੇ ਯੂਨੀਵਰਸਿਟੀਆਂ ਦੇ ਵਿੱਚ ਚੱਲਦੇ ਰਹਿੰਦੇ ਆ ਤਾਂ ਫਿਰ ਸਾਡੀਆਂ ਸਰਕਾਰਾਂ ਇਹੋ ਜਿਹੀਆਂ ਆਉਣ ਜਾਂ ਕਹਿ ਲਈਏ ਆ ਗਈ ਜਿਨੇ ਕਿਹਾ ਜੀ ਕਿ ਅਸੀਂ ਕਰਜ਼ਾ ਮੁਕਤ ਕਰ ਦਿਆਂਗੇ ਯੂਨੀਵਰਸਿਟੀ ਨੂੰ ਸਮੇਂ ਦੀ ਬਹੁਤ ਵੱਡੀ ਲੋੜ ਆ ਕਿ ਇਸ ਪਾਸੇ ਦੇ ਵੱਲ ਖਿਆਲ ਕੀਤਾ ਜਾਵੇ ਤੇ ਜਿੰਨਾ ਖਿਆਲ ਕੀਤਾ ਗਿਆ ਪਹਿੰਦੀ ਸੱਟੇ ਇਹ ਮੈਂ ਸੋਚਦਾ ਵੀ ਇੱਕ ਚੰਗੀ ਗੱਲ ਹੈ ਇੱਕ ਸ਼ੁਭ ਸ਼ਗਨਾ ਸੋ ਸਮਾਂ ਬਿਆਨ ਕਰੂਗਾ ਕਿ ਬਾਕੀ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨਾ ਖਰਾ ਉਤਰਦੀ ਹੈ ਪਹਿਲਾ ਪ੍ਰਭਾਵ ਬਹੁਤ ਚੰਗਾ ਬਾਕੀ ਪ੍ਰਭਾਵ ਜਿਹੋ ਜੇ ਆਉਣਗੇ ਉਹ ਸਮਾਂ ਬਿਆਨ ਕਰੂਗਾ ਪਰ ਹਾਂ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਘੱਟ ਬੋਲਣਾ ਜਾਂ ਨਾ ਬੋਲਣਾ ਬਹੁਤ ਸਾਰੇ ਨੇਤਾਵਾਂ ਦਾ ਰੜਕ ਵੀ ਰਿਆ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਜਿਹੜਾ ਉਹ ਖਤਮ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਤ ਕਰਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਕੇਂਦਰ ਦੇ ਵੱਲੋਂ ਆਪਣੇ ਅੰਦਰ ਕਰ ਲਿਆ ਜਾ ਗਿਆ ਜਾਂ ਕਰ ਲਿਆ ਜਾਊਗਾ ਇਹਦੇ ਖਿਲਾਫ ਅਸੀਂ ਸੰਘਰਸ਼ ਕਰਾਂਗੇ ਬਹੁਤ ਸਾਰੇ ਲੋਕੇ ਵੀ ਗੱਲ ਕਰਨੇ ਵੀ ਠੀਕ ਹੈ ਵੱਡੇ ਬਾਦਲ ਸਾਹਿਬ ਨੇ ਕਿਹਾ ਕਿ ਇਦਾਂ ਹੋਣਾ ਨਹੀਂ ਚਾਹੀਦਾ ਤੇ ਉਧਰੋਂ ਕੈਪਟਨ ਮਰੀਂਦਰ ਸਿੰਘ ਇਹ ਗੱਲ ਕਹਿੰਨੇ ਵੀ ਮੁਲਾਜ਼ਮਾ ਦੀ ਮੰਗ ਪੂਰੀ ਹੋ ਗਈ ਆ ਆਪਰ ਨੂੰ ਕੀ ਸਮੱਸਿਆ ਸੋ ਇੱਕ ਮੁੱਖ ਮੰਤਰੀ ਸਾਹਿਬ ਕਹ ਰਿਹਾ ਜੀ ਇਹ ਗਲਤ ਕੀਤਾ ਜਾ ਰਿਹਾ ਭਾਜਪਾ ਦੇ ਵੱਲੋਂ ਦੂਜੇ ਸਾਹਿਬ ਕਹ ਮੁੱਖ ਮੰਤਰੀ ਕਹ ਰਿਹਾ ਬਿਲਕੁਲ ਸਹੀ ਕੀਤਾ ਜਾ ਰਿਹਾ ਭਾਜਪਾ ਦੇ ਵੱਲੋਂ ਸੋ ਲੋਕ ਇਸ ਵੇਲੇ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਆ ਲੋਕ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਗੱਲਾਂ ਕਿਉਂ ਹੋ ਰਹੀਆਂ ਚੰਡੀਗੜ੍ਹ ਪੰਜਾਬ ਦੇ ਕੋਲ ਖਿਸਕਾਉਣ ਦੀਆਂ ਪੋਸ਼ਾ ਕਿਉਂ ਕੀਤੀਆਂ ਜਾ ਰਹੀਆਂ ਇਹਦੇ ਪਿੱਛੇ ਕਿਹੜੀ ਰਾਜਨੀਤੀ ਚੱਲ ਰਹੀ ਆ ਗੁਰਮੀਤ ਰਾਮ ਰਹੀਮ ਜਿਹੜੇ ਕਿ ਇਸ ਵੇਲੇ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰ ਉਹਨਾਂ ਦਾ ਪੂਰਾ ਟੱਬਰ ਹੁਣ ਵਿਦੇਸ਼ ਦੇ ਵਿੱਚ ਸ਼ਿਫਟ ਹੋਣ ਲੱਗਾ। ਪਿਛਲੇ ਕਈ ਦਿਨਾਂ ਤੋਂ ਕਈ ਕਿਸਮ ਦੀਆਂ ਖਬਰਾਂ ਆ ਰਹੀਆਂ ਸੀ। ਮੈਂ মিডিਆ ਦੇ ਵਿੱਚ ਕਈ ਥਾਵਾਂ ਤੇ ਖਬਰਾਂ ਪੜ੍ਹੀਆਂ ਕਿ ਹਣੀਪ੍ਰੀਤ ਦੇ ਵੱਲੋਂ ਡੇਰੇ ਦੀ ਕਮਾਂਡ ਸੰਭ ਲਈ ਗਈ ਹੈ ਜਾਂ ਸੰਭ ਲਈ ਜਾਊਗੀ। ਇਹ ਖਬਰਾਂ ਆਉਣ ਲੱਗ ਪਈਆਂ ਵੀ ਡੇਰੇ ਦੇ ਵਿੱਚ ਫੁੱਟ ਪੈ ਗਈ ਹੈ। ਡੇਰਾ ਖਖਣੀਆਂ ਕਰੇਲੇ ਹੁੰਦਾ ਜਾ ਰਿਹਾ। ਡੇਰੇ ਦੇ ਵਿੱਚ ਕਈ ਤਰ੍ਹਾਂ ਦੀ ਧੜੇਬੰਦੀ ਪੈਦਾ ਹੋ ਗਈ ਹੈ। ਉਸ ਤੋਂ ਬਾਅਦ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਹੋਰਾਂ ਦੀ ਇੱਕ ਚਿੱਠੀ ਆਉਂਦੀ ਹੈ ਜਿਹੜੀ ਚਿੱਠੀ ਉਹ ਆਪਣੇ ਪੈਰੋਕਾਰਾਂ ਨੂੰ ਵੀ ਲਿਖਦੇ ਆ ਤੇ ਡੇਰੇ ਦੀ ਮੈਨੇਜਮੈਂਟ ਨੂੰ ਵੀ ਲਿਖਦੇ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਗਤੋ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਪਿਆਰੋ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਇਹ ਸਿਰਫ ਤੇ ਸਿਰਫ ਗੱਲਾਂ ਫੁਲਾਈਆਂ ਜਾ ਰਹੀਆਂ ਤੇ ਕਿਸੇ ਕਿਸਮ ਦੀ ਕੋਈ ਫੁੱਟ ਨਹੀਂ ਸਾਰੇ ਏਕੇ ਦੇ ਵਿੱਚ ਆ ਸਾਰਾ ਕੁਝ ਮੇਰੀ ਦੇਖ ਰਹਿਕ ਦੇ ਵਿੱਚ ਆ ਮੈਂ ਹੀ ਤੁਹਾਡਾ ਗੁਰੂ ਸਾਹ ਗੁਰੂ ਹਾਂ ਤੇ ਗੁਰੂ ਰਹਾਗਾ ਇਸ ਚਿੱਠੀ ਦੇ ਵਿੱਚ ਇਹ ਵੀ ਗੱਲ ਲਿਖੀ ਗਈ ਹੈ ਕਿ ਇਸ ਵਕਤ ਡੇਰੇ ਦੀ ਮੈਨੇਜਮੈਂਟ ਕਮੇਟੀ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ ਤੁਸੀਂ ਇਸ ਗੱਲ ਦੇ ਬਿਲਕੁਲ ਯਕੀਨ ਦੇ ਵਿੱਚ ਨਾ ਆਓ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਫੁੱਟ ਦੇ ਸ਼ਿਕਾਰ ਆ ਸਾਡਾ ਕੰਮ ਆ ਜਿਹੜਾ ਮਨੁੱਖਤਾ ਦੀ ਖੁਲਿਆਣ ਦਾ ਹੈਗਾ ਤੇ ਅਸੀਂ ਮਨੁੱਖਤਾਰੀ ਸੇਵਾ ਦੇ ਵਿੱਚ ਲੱਗੇ ਹੋਏ ਆ ਵਾਤਾਵਰਣ ਤੇ ਹੋਰ ਬਹੁਤ ਸਾਰੇ ਮਸਲੇ ਆਪਾਂ ਜਾਣਦੇ ਆ ਕਿ ਡੇਰਾ ਸਿਰਸਾ ਦੇ ਵੱਲੋਂ ਵਿਚਾਰੇ ਜਾਂਦੇ ਆ ਉਸ ਤੋਂ ਅਗਲੀ ਗੱਲ ਇਹ ਕਹੀ ਗਈ ਆ ਕਿ ਵਾਰ-ਵਾਰ ਕਿਹਾ ਜਾ ਰਿਹਾ ਕਿ ਡੇਰਾ ਮੁਖੀ ਦਾ ਪਰਿਵਾਰ ਵਿਦੇਸ਼ ਵੱਲ ਸ਼ਿਫਟ ਹੋ ਰਿਹਾ ਅਸਲ ਵਿੱਚ ਮੇਰੀਆਂ ਧੀਆਂ ਦੇ ਬੱਚੇ ਯਾਨੀ ਕਿ ਮੇਰੇ ਦੋ ਤੇ ਦੋਤੀਆਂ ਤੇ ਮੇਰੇ ਪੋਤੇ ਪੁੱਤਕਾਂ ਜਾਂ ਜਿਹੜੇ ਵੀ ਬੱਚੇ ਹੈਗੇ ਆ ਉਹ ਹੁਣ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਆ ਇਸ ਕਰਕੇ ਮੇਰਾ ਪਰਿਵਾਰ ਆ ਜਿਹੜਾ ਉਹ ਵਿਦੇਸ਼ ਦੇ ਵੱਲ ਸ਼ਿਫਟ ਹੋ ਰਿਹਾ ਪਰ ਇਹਦੇ ਵਿੱਚ ਕੰਸੂਆ ਇਹ ਆਉਣ ਲੱਗ ਪਈਆਂ ਕਿ ਡੇਰਾ ਸਿਰਸਾ ਮੁਖੀ ਦੇ ਪਰਿਵਾਰ ਦੇ ਪੈਰ ਨਹੀਂ ਸ਼ਾਇਦ ਲੱਗ ਰਹੇ ਜਿਹਦੇ ਕਰਕੇ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਵਿਦੇਸ਼ ਦੇ ਵੱਲ ਸ਼ਿਫਟ ਹੋਣ ਲੱਗਾ ਤੇ ਜਿਹੜੀ ਡੇਰੇ ਦੇ ਵਿੱਚ ਮੈਨੇਜਮੈਂਟ ਹੈਗੀ ਆ ਕਮੇਟੀ ਆ ਜਿਹੜੀ ਉਹਦੇ ਵੱਲੋਂ ਹੀ ਸਾਰੀ ਕਮਾਂਡ ਸੰਭਾਲੀ ਜਾਣੀ ਆ ਹੁਣ ਆਪਾਂ ਵੀ ਜਾਣਦੇ ਆ ਕਿ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ 21 ਦਿਨਾਂ ਦੇ ਲਈ ਗੁਰਮੀਤ ਰਾਮ ਰਹੀਮ ਫਰਲੋ ਤੇ ਬਾਹ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਜਦੋਂ ਵਾਪਸ ਗਏ ਤਾਂ ਗੁਰਮੀਤ ਰਾਮ ਰਹੀਮ ਨੇ ਚਿੱਠੀ ਦੇ ਵਿੱਚ ਇਹ ਗੱਲ ਲਿਖੀ ਆ ਕਿ ਹਨੀਪ੍ਰੀਤ ਮੂੰਹ ਬੋਲੀ ਤੀ ਮੇਰ ਗਿਆ ਦੋਵੇਂ ਧੀਆ ਹੋਰ ਤੇ ਮੇਰਾ ਪੁੱਤ ਚਾਰੇ ਜਾਣੇ ਮੈਨੂੰ ਜੇਲ੍ਹ ਦੇ ਵਿੱਚ ਵਾਪਸ ਛੱਡਣ ਆਏ ਆ ਇਸ ਕਰਕੇ ਡੇਰੇ ਦੇ ਵਿੱਚ ਫੁੱਟ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਡੇਰੇ ਦੇ ਨਾਲ ਕੋਈ ਵੀ ਆਵਾਜ਼ ਨਹੀਂ ਜੁੜਿਆ ਇਹ ਜਾਣ ਬੁੱਝ ਕੇ ਪੜੋਲ ਬਣਾਇਆ ਜਾ ਰਿਹਾ ਤੇ ਆਪਾਂ ਇਹ ਵੀ ਜਾਣਦੇ ਆ ਕਿ ਡੇਰਾ ਸਿਰਸਾ ਮੁਖੀ ਦੀਆਂ ਮੁਸ਼ਕਲਾਂ ਦੇ ਵਿੱਚ ਇੱਕ ਹੋਰ ਵਾਅਦਾ ਹੋਇਆ ਕਿਉਂਕਿ ਦੋ ਹੋਰ ਵੱਖ-ਵੱਖ ਮਾਮਲਿਆਂ ਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਨਾਮਜ਼ਦ ਕਰ ਲਿਆ ਗਿਆ ਅਰਚੇ ਪਹਿਲਾਂ ਵੀ ਬਹੁਤ ਸਾਰੇ ਦਰਜ ਆ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਬੰਦ ਹੈ ਸੋ ਹਾਲੇ ਹੋਰ ਕਈ ਕੇਸ ਚੱਲ ਰਹੇ ਆ ਸੋ ਆਉਂਦੇ ਸਮੇਂ ਦੇ ਵਿੱਚ ਡੇਰਾ ਸਿਰਸਾ ਕਿਵੇਂ ਕੰਮ ਕਰੂ ਕੀ ਗੁਰਮੀਤ RAM ਰਹੀਮ ਹੋਰਾਂ ਨੂੰ ਫਰ ਲੋ ਜਾਂ ਪੈਰੋਲ ਫੇਰ ਮਿਲੂ ਇਹ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਹੁੰਦੇ ਆ ਪਰ ਪਹਿਲਾਂ ਅਨਸਰਪੋਰਟ ਦਾ ਵਿਰਵਾ ਤੇ ਫਿਰ ਕਰਾਂਟਪੜੀ ਡੇਰਾ ਸਿਰਸਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਗੁਰਮੀਤ RAM ਰਹੀਮ ਦਾ ਪਰਿਵਾਰ ਵਿਦੇਸ਼ ਸ਼ਿਫਟ ਹੋਣ ਜਾ ਰਿਹਾ ਦੱਸਿਆ ਜਾ ਰਿਹਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਪਰਿਵਾਰ ਸ਼ਿਫਟ ਹੋ ਰਿਹਾ ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਆਈ ਹੈ ਦੱਸਿਆ ਇਹ ਵੀ ਜਾ ਰਿਹਾ ਕਿ ਡੇਰਾ ਮੁਖੀ ਵੱਲੋਂ ਹਾਲ ਹੀ ਦੇ ਵਿੱਚ ਚਿੱਠੀ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਸੀ ਪਤਾ ਲੱਗਾ ਕਿ ਡੇਰਾ ਮੁਖੀ ਦਾ ਪਰਿਵਾਰ ਲੰਡਨ ਵਿੱਚ ਸ਼ਿਫਟ ਹੋਵੇਗਾ ਹਾਲਾਂਕਿ ਇਸ ਬਾਬਤ ਮੁਕੰਮਲ ਜਾਣਕਾਰੀ ਆਉਣੀ ਬਾਕੀ ਹੈ ਸੂਤਰਾਂ ਮੁਤਾਬਕ ਪਰਿਵਾਰ ਕੁਝ ਹੀ ਦਿਨਾਂ ਵਿੱਚ ਬਾਹਰ ਚਲਾ ਜਾਵੇਗਾ ਇੱਥੇ ਵੀ ਦਸਰਾਂ ਮੰਨਦਾ ਹੈ ਕਿ ਪਰਿਵਾਰ ਨੇ ਪੜ੍ਹਾਈ ਲਈ ਗੁਰਮੀਤ RAM ਰਹੀਮ ਤੋਂ ਇਹ ਸਬੰਧੀ ਇਜਾਜ਼ਤ ਮੰਗੀ ਸੀ ਹੁਣ ਗੁਰਮੀਤ RAM ਰਹੀਮ ਨੇ ਇਸ ਤੋਂ ਮੁਤਲਕ ਹਮੀ ਭਰ ਦਿੱਤੀ ਹੈ ਡੇਰੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਰਿਵਾਰ ਕੁਝ ਹੀ ਦਿਨਾਂ ਦੇ ਵਿੱਚ ਵਿਦੇਸ਼ ਸ਼ਿਫਟ ਹੋਵੇਗਾ ਡੇਰੇ ਦੇ ਬੁਲਾਰੇ ਨੇ ਮੰਨਿਆ ਕਿ ਪੜ੍ਹਾਈ ਵਾਸਤੇ ਡੇਰਾ ਮੁਖੀ ਦਾ ਪਰਿਵਾਰ ਬਾਹਰ ਜਾ ਰਿਹਾ ਉਹ ਦੇਸ਼ ਤੋਂ ਬਾਹਰ ਜਾ ਰਹੇ ਨੇ ਤੇ ਫਿਲਹਾਲ ਪਰਿਵਾਰ ਡੇਰੇ ਦੇ ਹੀ ਅੰਦਰ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਪਰਿਵਾਰ ਬੱਚਿਆਂ ਦੀ ਪੜ੍ਹਾਈ ਵਾਸਤੇ ਬਾਹਰ ਜਾ ਰਿਹਾ ਇਸ ਵਾਸਤੇ ਇੰਨੀ ਹੀ ਜਾਣਕਾਰੀ ਹੈ ਪਰ ਫਿਲਹਾਲ ਡੇਰੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਫੁੱਟ ਨਹੀਂ ਕਿਸੇ ਕਿਸਮ ਦੀ ਕੋਈ ਧੜੇਬੰਦੀ ਨਹੀਂ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਕਿ ਡੇਰਾ ਸਿਰਸਾ ਮੁਖੀ ਦਾ ਕੰਮਕਾਜ ਚੰਗਾ ਭਲਾ ਚੱਲਦਾ ਰਿਹਾ ਪਰ ਜਦੋਂ ਫਿਲਮਾਂ ਦੇ ਵਿੱਚ ਆਇਆ ਤੇ ਜਦੋਂ ਉਹਦੇ ਵੱਲੋਂ ਗੀਤਾ ਨਹੀਂ ਪੇਸ਼ਕਾਰੀ ਕੀਤੀ ਗਈ ਉਸ ਤੋਂ ਬਾਅਦ ਬਹੁਤ ਧਰਾਨੀਆਂ ਹੋਰ ਖਬਰਾਂ ਆਈਆਂ ਨਾ ਪੱਖੀ ਕਿਰਦਾਰ ਵੱਡਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਹੌਲੀ-ਹੌਲੀ ਹੋਰ ਗੱਲਾਂ ਵਿੱਚੋਂ ਨਿਕਲ ਕੇ ਆਉਣ ਲੱਗੀਆਂ ਸਾਧਬਾਂ ਦੇ ਨਾਲ ਜੁੜੇ ਹੋਏ ਮਾਮਲੇ ਛਤਰਪਤੀ ਹੱਤਿਆ ਕਾਂਡ ਦਾ ਮਾਮਲਾ ਰਣਜੀਤ ਸਿੰਘ ਦਾ ਮਾਮਲਾ ਸੋ ਇਹੋ ਜੀਆਂ ਸਾਰੀਆਂ ਗੱਲਾਂ ਦੇ ਕਰਕੇ ਜੋ ਡੇਰੇ ਦਾ ਅਕਸ ਖਰਾਬ ਹੋਇਆ ਤੇ ਡੇਰਾ ਮੁਖੀ ਜਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਗਿਆ ਇਹਦੇ ਬਾਬਤ ਆਪਾਂ ਕੱਲੀ-ਕੱਲੀ ਗੱਲ ਸਾਰੇ ਜਾਣਦੇ ਆ ਪਰ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਪਿਛਲੇ 1.5 ਸਾਲ ਤੋਂ ਇਹ ਖਬਰਾਂ ਆ ਰਹੀਆਂ ਕਿ ਡੇਰੇ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਚੱਲਦਾ ਪਹਿਲਾਂ ਇਸ ਗੱਲ ਦੀ ਆਸ ਸੀ ਵੀ ਚੋਣਾਂ ਤੋਂ ਪਹਿਲਾਂ ਇੱਕ ਇਹੋ ਜਿਹਾ ਚਮਤਕਾਰ ਹੋਊਗਾ ਵੀ ਡੇਰਾ ਸਿਰਸਾ ਮੁਖੀ ਨੂੰ ਸ਼ਾਇਦ ਪੱਕੇ ਤੌਰ ਦੇ ਉੱਤੇ ਫਰਲੋ ਮਿਲ ਜਾਵੇ ਪੈਰੋਲ ਮਿਲ ਜਾਵੇ ਪਰ ਉਹ ਜਿਹੜੀ ਪੈਰੋਲ ਆ ਉਹ ਨਹੀਂ ਮਿਲੀ ਉਹ ਫਰਲੋ ਮਿਲ ਗਈ ਉਹ ਵੀ 21 ਦਿਨ ਦੇ ਲਈ ਪਰ ਐਤਕੀ ਭੁਲੇਖਾ ਨਿਕਲ ਗਿਆ ਕਿ ਡੇਰੇ ਦੇ ਪੈਰੋਕਾਰ ਆ ਜਿਹੜੇ ਉਹ ਕਹੇ ਮੁਤਾਬਕ ਉਹਵੇਂ ਵੋਟਾਂ ਨਹੀਂ ਪਾਉਂਦੇ ਜਿਵੇਂ ਕਿ ਇਸ ਗੱਲ ਦਾ ਕਿਆਸ ਕੀਤਾ ਜਾ ਰਿਹਾ ਸੀ ਹੁਣ ਜਰਾ ਸੋਚ ਕੇ ਦੇਖੋ ਵੀ ਜੇਕਰ ਡੇਰਾ ਸਿਰਸਾ ਦੇ ਪੈਰੋਕਾਰ ਵੋਟਾਂ ਇੱਕ ਪਾਸੇ ਅੱਖਾਂ ਬੰਦ ਕਰਕੇ ਪਾਉਂਦੇ ਹੋਣ ਤਾਂ ਫਿਰ ਜ਼ਮਾਨਤ ਤੱਕੜੀ ਗੱਲੋ ਜ਼ਬਤ ਹੋਣ ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰਾਂ ਨੇ ਆਜ਼ਾਦ ਤੌਰ ਦੇ ਉੱਤੇ ਰਿਸ਼ਤੇਦਾਰ ਸਾਹਿਬ ਨੇ ਚੋਣ ਲੜੀ ਪਰ ਜ਼ਮਾਨਤ ਫਿਰ ਜ਼ਬਤ ਹੋ ਗਈ ਤੇ ਸਾਰੀ ਕਮਾਨ ਵੀ ਪੈਰੋਕਾਰਾਂ ਨੇ ਸੰਭਾਲੀ ਸੀ ਪ੍ਰਚਾਰ ਦੀ ਸੋ ਐਤਕੀ ਜੇਕਰ ਮਾਲਵਾ ਖੇਤਰ ਦੇ ਵਿੱਚ ਡੇਰਾ ਫੈਕਟਰ ਨੇ ਕੰਮ ਕੀਤਾ ਹੁੰਦਾ ਤਾਂ ਆਮ ਆਦਮੀ ਪਾਰਟੀ ਨੂੰ ਇੰਨੇ ਵੱਡੇ ਪਦਰ ਦੇ ਉੱਤੇ ਵੋਟਾਂ ਮਾਲਵੇ ਦੇ ਵਿੱਚ ਨਹੀਂ ਸੀ ਪੈੜੀਆਂ ਇੰਨੇ ਵੱਡੇ ਪਦਰ ਦੇ ਉੱਤੇ ਸੀਟਾਂ ਨਹੀਂ ਸੀ ਮਿਲਣੀਆਂ ਸੋ ਵਿਧਾਨ ਸਭਾ ਦੇ ਜਾਂ ਜਿਹੜੀਆਂ ਚੋਣਾਂ ਲੰਘਾਂ ਉਹਦੇ ਵਿੱਚ ਇਹ ਵੀ ਪਤਾ ਲੱਗ ਗਿਆ ਵੀ ਕੋਈ ਡੇਰਾ ਫੈਕਟਰ ਕੰਮ ਨਹੀਂ ਕਰਦਾ ਉਹਦੇ ਵਿੱਚ ਇਹ ਵੀ ਪਤਾ ਲੱਗ ਗਿਆ ਵੀ ਜਾਤ ਪਾਤ ਦਾ ਕੋਈ ਪਤਾ ਨਹੀਂ ਚੱਲਦਾ ਲੋਕ ਆਪਣੀ ਮਰਜ਼ੀ ਦੇ ਮੁਤਾਬਕ ਵੋਟਾਂ ਪਾਉਂਦੇ ਆ ਭਾਵੇਂ ਕੋਈ ਕਿਸੇ ਦਾ ਵੀ ਪੈਰੋਕਾਰ ਹੋਵੇ ਪਰ ਜ਼ਰੂਰੀ ਨਹੀਂ ਕਿ ਉਹਨੂੰ ਵੋਟਾਂ ਪਾਈਆਂ ਜਾਣ ਸੋ ਐਤ ਕੀ ਬਹੁਤ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਸੋ ਡੇਰਾ ਮੁਖੀ ਦੀ ਹੁਣ ਕਿੰਨੀ ਕਿ ਲੋਡ ਸਰਕਾਰਾਂ ਨੂੰ ਮਹਿਸੂਸ ਹੁੰਦੀ ਹੈ ਤੇ ਕੀ ਉਹਨੂੰ ਪੈਰੋਲ ਜਾਂ ਫਰਲੋ ਆਉਂਦੇ ਸਮੇਂ ਦੇ ਵਿੱਚ ਮਿਲੂ ਕਿ ਨਹੀਂ ਮਿਲੂ ਇਹ ਸਮਾਂ ਬਿਆਨ ਕਰੂਗਾ ਪਰ ਇਹ ਗੱਲ ਸੱਚੀ ਹੈ ਕਿ ਡੇਰਾ ਸਿਰਸਾ ਦੇ ਨਾਲ ਸੰਬੰਧਿਤ ਵਿਵਾਦ ਗਾਹੇ-ਬਗਾਹੇ ਸਾਹਮਣੇ ਆਉਂਦੇ ਰਹਿੰਦੇ ਆ ਪਰਿਵਾਰ ਦਾ ਸ਼ਿਫਟ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਪਰਿਵਾਰ ਵਿਦੇਸ਼ ਦੇ ਵੱਲ ਜਾਂਦੇ ਵੀ ਆ ਆਉਂਦੇ ਵੀ ਆ ਪਰ ਜਦੋਂ ਡੇਰਾ ਆਪਣੀ ਸਲਤਨਤ ਕਾਇਮ ਕਰਕੇ ਚੱਲਦਾ ਹੋਵੇ ਉਸ ਵਕਤ ਪੂਰੇ ਦਾ ਪੂਰਾ ਟੱਬਰ ਦੇਸ਼ ਨੂੰ ਛੱਡ ਕੇ ਵਿਦੇਸ਼ ਦੇ ਵਿੱਚ ਸ਼ਿਫਟ ਹੋ ਰਿਹਾ ਹੋਵੇ ਤੇ ਇਥੋਂ ਦੀ ਮੈਨੇਜਮੈਂਟ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਤੇ ਕਈ ਤਰ੍ਹਾਂ ਦੇ ਕਿੰ ਤੋਂ ਉੱਠਦੇ ਹੋਣ ਤਾਂ ਉਦੋਂ ਸਵਾਲ ਪੈਦਾ ਹੋਣਾ ਕੁਦਰਤੀ ਹੈ ਤੁਹਾਨੂੰ ਯਾਦ ਹੋਣਾ ਇਹਨਾਂ ਚੋਣਾਂ ਦੇ ਮੌਕੇ ਡੇਰੇ ਦੇ ਪੈਰੋ ਕਾਂਡ ਵਿੱਚ ਦੋ ਧੜੇ ਬਣ ਗਏ ਸੀ ਇੱਕ ਧੜੇ ਦੇ ਵੱਲੋਂ ਆਪਣੇ ਫੇਸਬੁੱਕ ਦੇ ਉੱਤੇ ਮੁਹਿੰਮ ਚਲਾਈ ਗਈ ਸੀ ਕਿ ਅਸੀਂ ਬਿਲਕੁਲ ਨਹੀਂ ਇਤਕੀ ਵੋਟਾਂ ਪਾਉਣੀਆਂ ਕਿਸੇ ਭਾਜਪੀ ਨੂੰ ਜਾਂ ਜਿਹੜੀ ਵੀ ਪਾਰਟੀ ਨੂੰ ਕਿਹਾ ਜਾਊਗਾ ਉਹਦਾ ਕਾਰਨ ਇਹ ਹੈ ਕਿ ਸਾਡੇ ਪਿਤਾ ਜੀ ਨੂੰ ਸਾਰਿਆਂ ਹੀ ਪਾਰਟੀਆਂ ਨੇ ਸਤਾਇਆ ਤੇ ਸਾਡੀ ਕਿਸੇ ਨੇ ਫਰਿਆਦ ਨਹੀਂ ਸੁਣੀ ਉਸ ਤੋਂ ਬਾਅਦ ਡੇਰੇ ਦੇ ਰਾਜਨੀਤਿਕ ਵਿੰਗ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਇਹ ਕੁਝ ਕੁ ਸ਼ਰਾਰਤੀ ਲੋਕ ਆ ਜਿਹੜੇ ਕਿ ਡੇਰੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਡੇਰੇ ਦੇ ਬਾਬਤ ਗਲਤ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ ਪਰ ਕਹਿਣ ਦਾ ਭਾਵ ਇਹ ਆ ਕਿ ਵਿਵਾਦਾਂ ਦੇ ਵਿੱਚ ਪਹਿਲਾਂ ਵੀ ਸੀ ਡੇਰਾ ਤੇ ਐਤਕੀ ਇੱਕ ਵਾਰ ਫੇਰ ਚੋਣਾਂ ਦੇ ਮੌਕੇ ਹੋਇਆ ਜੀ ਪੰਜਾਬ ਕਾਂਗਰਸ ਦਾ ਪ੍ਰਧਾਨ ਕੌਣ ਹੋ ਇਹਦੇ ਬਾਰੇ ਕੁਝ ਪਤਾ ਨਹੀਂ ਪਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਸਰਗਰਮੀ ਵਿੱਢ ਰਹੇ ਆ ਉਹਦੇ ਤਰਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਆ ਕਿ ਕਿ ਸਿੱਧੂ ਸਾਹਿਬ ਫੇਰ ਪ੍ਰਧਾਨ ਬਣ ਗਏ ਜਾਂ ਕਿ ਸਿੱਧੂ ਸਾਹਿਬ ਹਾਲੇ ਵੀ ਪ੍ਰਧਾਨ ਆ ਕਿਉਂਕਿ ਸੋਨੀਆ ਗਾਂਧੀ ਦੇ ਵੱਲੋਂ ਪੰਜਾਂ ਸੂਬਿਆਂ ਦੇ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਸਾਰਿਆਂ ਤੋਂ ਅਸਤੀਫੇ ਮੰਗੇ ਗਏ ਪ੍ਰਧਾਨਾਂ ਤੋਂ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਉਹਨਾਂ ਨੇ ਵੀ ਆਪਣਾ ਡੂੜਕ ਸਤਰ ਦਾ ਅਸਤੀਫਾ ਲਿਖ ਕੇ ਭੇਜਤਾ ਸੱਤ ਅੱਠ ਸ਼ਬਦਾਂ ਦਾ ਉਸ ਤੋਂ ਬਾਅਦ ਸਵਾਲ ਇਹ ਪੈਦਾ ਹੋ ਗਿਆ ਜੀ ਕਿ ਹੁਣ ਕੌਣ ਪ੍ਰਧਾਨ ਬਣੂ ਹਾਲੇ ਤੱਕ ਕਾਂਗਰਸ ਦਾ ਪ੍ਰਧਾਨ ਕੌਣ ਬਣੂ ਇਹਦੇ ਬਾਰੇ ਕੁਝ ਨਹੀਂ ਪਤਾ ਅਸਤੀਫਾ ਮਨਜ਼ੂਰ ਕਿਉਂ ਨਹੀਂ ਕੀਤਾ ਗਿਆ ਸੋਨੀਆ ਗਾਂਧੀ ਦੇ ਵੱਲੋਂ ਇਹਦਾ ਵੀ ਨਹੀਂ ਪਤਾ ਪੰਜਾਬ ਦੇ ਵਿੱਚ ਵਿਰੋਧੀ ਧਰਨਾ ਨੇਤਾ ਕੌਣ ਬਣੂਗਾ ਇਹਦਾ ਵੀ ਨਹੀਂ ਪਤਾ ਸੋ ਕਾਂਗਰਸ ਹਾਲੇ ਵੀ ਬੀਤੇ ਦੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖ ਰਹੀ ਮੈਂ ਅੱਜ ਇੱਕ ਰਿਪੋਰਟ ਪੜ੍ਹ ਕੇ ਹਟਿਆ ਵੀ ਸ਼ਾਇਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਰਵਨੀਤ ਸਿੰਘ ਬਿੱਟੂ ਨੂੰ ਮਿਲ ਜੇ ਜਾਂ ਇਸ ਵਕਤ ਆਸ ਇਸ ਗੱਲ ਦੀ ਵੀ ਕਰਨੀ ਮਨਦੀ ਹੈ ਕਿ ਰਾਜਾ ਵੜਿੰਗ ਜਾਂ ਸੁਖਪਾਲ ਖੇੜਾ ਨੂੰ ਮਿਲ ਜੇ ਜਾਂ ਫਿਰ ਇਸ ਗੱਲ ਦੀ ਆਸ ਕਰਦੇ ਕਿ ਪ੍ਰਤਾਪ ਸਿੰਘ ਬਾਜਵਾਹੁਰਾ ਨੂੰ ਮਿਲ ਜੇ ਇਹ ਤਾਂ ਨਹੀਂ ਕਿંਸੋਆ ਪ੍ਰਾਪਤ ਹੋ ਰਹੀਆਂ ਪਰ ਦੂਜੀ ਗੱਲ ਇਹ ਹੈ ਵੀ ਨਵਜੋਤ ਸਿੰਘ ਸਦੂ ਨੇ ਜਿਸ ਤਰੀਕੇ ਨਾਲ ਲੰਘੇ ਕੱਲ ਲੁਧਿਆਣੇ ਦੇ ਵਿੱਚ ਇੱਕ ਸਾਬਕਾ ਵਿਧਾਇਕ ਦੇ ਘਰ ਦੇ ਵਿੱਚ ਮੀਟਿੰਗ ਕੀਤੀ ਹੈ ਉਡੀ ਚਰਚਾ ਚੱਲੀ ਹੈ ਜੀ ਕਿ ਕਿਤੇ ਇਹਨਾਂ ਦੇ ਵੱਲੋਂ ਕੋਈ ਲਾਬਿੰਗ ਤਾਂ ਨਹੀਂ ਕੀਤੀ ਜਾ ਰਹੀ ਕਿਤੇ ਸ਼ਕਤੀ ਪ੍ਰਦਰਸ਼ਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਤੇ ਉੱਥੋਂ ਸੁਖਪਾਲ ਸਿੰਘ ਖੇਹਰਾ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਪਰ ਅਸਤੀਫਾ ਮਨਜ਼ੂਰ ਥੋੜੀ ਹੋਇਆ ਸੋ ਹਾਲੇ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਹਨ ਜਿਨੀ ਦੇਰ ਤੱਕ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਪ੍ਰਧਾਨ ਸਾਹਿਬ ਇਹੀ ਨੇ ਇਸ ਤੋਂ ਪਹਿਲਾਂ ਸਿੱਧੂ ਸਾਹਿਬ ਨੇ ਨਵਤੇਜ ਸਿੰਘ ਟੀਮਾ ਦੇ ਵੱਲ ਜਾ ਕੇ ਤੇ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਪਿਛਲੇ ਦਿਨੀਂ ਉਸ ਤੋਂ ਪਹਿਲਾਂ ਕਈ ਕਾਂਗਰਸ ਦੇ ਹਾਰੇ ਹੋਏ ਆਗੂ ਜਿਹੜੇ ਸਿੱਧੂ ਸਾਹਿਬ ਦੇ ਘਰ ਦੇ ਵਿੱਚ ਅੰਮ੍ਰਿਤਸਰ ਗਏ ਸੀ ਸੋ ਕਾਂਗਰਸ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ ਇਹਦੇ ਬਾਬਤ ਤਾਂ ਆਉਣ ਵਾਲੇ ਵਕਤ ਦੱਸੂਗਾ ਪਰ ਕਾਂਗਰਸ ਦੇ ਵਿੱਚ ਪਾਟੋ ਤੜ ਹਾਲੇ ਵੀ ਆ ਅੱਧੇ ਕਾਂਗਰਸੀ ਕਈ ਜਾਂਦੇ ਵਿਚ ਚਰੀਨੇ ਬੜੀ ਡੋਬੀ ਆ ਅੱਧੇ ਕਨੇ ਸਿੱਧੂ ਸਾਹਿਬ ਨੇ ਡੋਬੀ ਆ ਕਈ ਲੋਕ ਜਿਹੜੇ ਜਾਖੜ ਸਾਹਿਬ ਤੇ ਸਵਾਲ ਖੜੇ ਕਰ ਰਹੇ ਆ ਤੇ ਕਈ ਲੋਕੇ ਗੱਲ ਕਹਿੰਦੇ ਕਿ ਕਾਂਗਰਸ ਹਾਈ ਕਮਾਂਡ ਦੇ ਸਾਰੇ ਹੀ ਤਰੀਕੇ ਗਲਤ ਸੀ ਲੰਘੇ ਕੱਲ ਮਨੀਸ਼ ਤਿਵਾੜੀ ਹੋਰਾਂ ਦਾ ਇੱਕ ਬਿਆਨ ਆਇਆ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ 6 ਸਵਾਲਾਂ ਦਾ ਜਵਾਬ ਪਹਿਲਾ ਸਵਾਲ ਉਹਨਾਂ ਨੇ ਕਿਹਾ ਸੀ ਕਿ ਹਰੀਸ਼ ਚੌਧਰੀ ਜਿਹੜੇ ਉਹਨਾਂ ਨੂੰ ਕਿਹੜੀ ਗੱਲੋਂ ਇੰਨੇ ਵੱਡੇ ਪਦਰ ਤੇ ਪੰਜਾਬ ਦੇ ਅਧਿਕਾਰ ਮਿਲੇ ਹਰੀਸ਼ ਚੌਧਰੀ ਹੋਰਾਂ ਨੂੰ ਕਿਸ ਤਰੀਕੇ ਦੇ ਨਾਲ ਟਿਕਟਾਨੀ ਵੰਡ ਦਾ ਮੌਕਾ ਮਿਲਿਆ ਇਹ ਦੱਸੋ ਜੀ ਕਿ ਕਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਇਹ ਦੱਸੋ ਜੀ ਕਿ ਕਿਸ ਤਰੀਕੇ ਨਾਲ ਕੈਪਟਨ ਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਇਆ ਗਿਆ ਇਹ ਦੱਸੋ ਜੀ ਕੀ ਪੰਜਾਬ ਦੇ ਵਿੱਚ ਟਿਕਟਾਨੀ ਵੰਡ ਸਹੀ ਹੋਈ ਹੈ ਕਿ ਜਾਖੜ ਸਾਹਿਬ ਦੇ ਵੱਲੋਂ ਜਿਹੜਾ ਐਨ ਮੌਕੇ ਦੇ ਆ ਕੇ ਹਿੰਦੂ ਸਿੱਖ ਦੇ ਬਿਆਨ ਦਿੱਤੇ ਗਏ ਆ ਉਹਨਾਂ ਤੋਂ ਪਹਿਲਾਂ ਇਹ ਤਰੀਕੇ ਸਹੀ ਹੈ ਜਾਨੀ ਕਿ ਕਾਂਗਰਸੀ ਹਾਲੇ ਵੀ ਇਸ ਗੱਲ ਦੀ ਕੋਸ਼ਿਸ਼ ਦੇ ਵਿੱਚ ਹੈ ਵੀ ਅਸੀਂ ਹਾਰ ਦੇ ਕਾਰਨਾਂ ਦੇ ਵਿੱਚੋਂ ਲੱਭੀਏ ਕੀ ਤੇ ਕਾਰਨ ਜਿਹਨੂੰ ਮਰਜ਼ੀ ਪੁੱਛ ਲੋ ਲੱਭ ਜਾਂਦੇ ਆ ਤੇ ਜਿਹੜੀ ਥਾਂ ਦੇ ਉੱਤੇ ਕਾਂਗਰਸ ਤੇ ਅਕਾਲੀ ਦਲ ਦੇ ਆਗੂਤ ਕੀ ਪਹੁੰਚ ਗਏ ਆ ਉਹਨਾਂ ਨੂੰ ਹਾਰ ਦੇ ਕਾਰਨ ਲੱਭਣ ਦੇ ਲਈ ਬਹੁਤੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਨਵਜੋਤ ਸਿੰਘ ਸਿੱਧੂ ਦੁਬਾਰਾ ਫਿਰ ਪ੍ਰਧਾਨ ਬਣ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਸਿੱਧੂ ਸਾਹਿਬ ਨੇ ਬਤੌਰ ਕਾਂਗਰਸ ਪ੍ਰਧਾਨ ਪਿਛਲੇ ਕਈ ਮਹੀਨਿਆਂ ਦੇ ਵਿੱਚ ਕਿਹੜੇ ਬਹਾਨੇ ਕੰਮ ਕੀਤੇ ਆ ਉਹਨਾਂ ਦੀ ਜ਼ਿੰਮੇਵਾਰੀ ਸੀ ਪਾਰਟੀ ਨੂੰ ਇਕਜੁੱਟ ਰੱਖਣਾ ਉਹਨਾਂ ਦੀ ਜ਼ਿੰਮੇਵਾਰੀ ਸੀ ਪਾਰਟੀ ਦੇ ਵਿੱਚ ਗਲਤ ਕੰਮ ਹੋਣ ਤੋਂ ਰੋਕਣੇ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਪਾਰਟੀ ਦਾ ਗਰਾਫ ਉੱਤੇ ਲੈ ਕੇ ਜਾਣਾ ਪਰ ਉਹਨਾਂ ਨੇ ਤਾਂ ਆਪਦੀ ਡੁਗੜੀ ਵਜਾਈ ਉਹਨਾਂ ਨੇ ਕਦੇ ਪਾਰਟੀ ਦੀ ਮਜ਼ਬੂਤੀ ਲਈ ਗੱਲ ਨਹੀਂ ਕੀਤੀ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਆਹੇ ਰਟਲਾਈ ਰੱਖੀ ਮੁੱਖ ਮੰਤਰੀ ਨੇ ਸਹੀ ਕੰਮ ਨਹੀਂ ਕੀਤਾ ਫਿਰ ਕਦੇ-ਕਦੇ ਬਿਆਨ ਹੁੰਦੇ ਸੀ ਮੁੱਖ ਮੰਤਰੀ ਜੇਕਰ ਮੇਰੇ ਵਰਗਾ ਹੁੰਦਾ ਕਮਾਲ ਹੋ ਜਾਂਦੀ ਸੋ ਇਦਾਂ ਦੀਆਂ ਗੱਲਾਂ ਆਉਂਦੀਆਂ ਰਹੀਆਂ ਕਾਂਗਰਸ ਇਸ ਵਕਤ ਜਿਹੜੀ ਥਾਂ ਤੇ ਪਹੁੰਚ ਚੁੱਕੀ ਆ ਪੰਜਾਬ ਦੇ ਵਿੱਚ ਜੇਕਰ ਇਹਨਾਂ ਨੇ ਵਿਚਰਨ ਦੇ ਤਰੀਕੇ ਨਾ ਬਦਲੇ ਤਾਂ ਆਪਾਂ ਵਿਖਦੇ ਵਿੱਚ ਕਾਂਗਰਸ ਦਾ ਹੋਰ ਵੀ ਮਾੜਾ ਹਾਲ ਹੋਊਗਾ ਬੀਜੇਪੀ ਸੱਦਾ ਦਿੰਦੀ ਆ ਕਿ ਭਾਰਤ ਦੇ ਵਿੱਚ ਅਸੀਂ ਕਾਂਗਰਸ ਮੁਕਤ ਕਰ ਦੇਣੀ ਆ ਕਾਂਗਰਸ ਮੁਕਤ ਭਾਰਤ ਬਣਾਉਣਾ ਸੋ ਇਹ ਆਪ ਹੀ ਸਾਰਾ ਕੁਝ ਕਰੀ ਜਾਂਦੇ ਆ ਮਣੀਪੁਰ ਗੋਆ ਯੂਪੀ ਉਤਰਾਖੰਡ ਪੰਜਾਬ ਦੇ ਵਿੱਚ ਕੀ ਬਣਿਆ ਆਪਾਂ ਜਾਣਦੇ ਆ ਕਿੰਨੇ ਸ਼ਰਮ ਦੀ ਗੱਲ ਆ ਕਾਂਗਰਸ ਵਾਸਤੇ ਕਿ ਯੂਪੀ ਸਭ ਤੋਂ ਵੱਡਾ ਸੂਬਾ 403 ਵਿਧਾਨ ਸਭਾ ਦੀਆਂ ਸੀਟਾਂ ਸਿਰਫ ਦੋ ਸੀਟਾਂ ਮਿਲੀਆਂ 403 ਦੇ ਵਿੱਚੋਂ ਤੇ ਇਸ ਤੋਂ ਬਾਹਰੀ ਗੱਲ ਕਾਂਗਰਸ ਵਾਸਤੇ ਹੋਰ ਕਿਹੜੀ ਹੋ ਸਕਦੀ ਆ ਖਬਰਾਂ ਦੋਸਤੋ ਕਈ ਹੋਰ ਵੀ ਸੰ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ